ਭਰਾਵਾਂ ਤੋਂ ਅੱਡ ਹੋਈਏ ਤਾਂ ਕੁੱਤੇ ਵੀ ਡਰਾਉਂਦੇ ਨੇ, ਭਰਾ ਹੋਣ ਨਾਲ ਤਾਂ ਸ਼ੇਰ ਵੀ ਘਬਰਾਉਂਦੇ ਨੇ। ਜੀ ਹਾਂ, ਪਰਿਵਾਰ ਦੀ ਸਰਦਾਰੀ ਨੂੰ ਲੈ ਕੇ ਬਣ ਰਹੀ ਫਿਲਮ ਜੱਦੀ ਸਰਦਾਰ ਦੀ ਰਿਲੀਜ਼ਿੰਗ ਡੇਟ ਅਨਾਊਂਸ ਕਰ ਦਿੱਤੀ ਗਈ ਹੈ। ਜੇਕਰ ਗੱਲ ਕਰੀਏ ਇਸ ਫਿਲਮ ਦੇ ਮੁੱਖ ਕਿਰਦਾਰਾਂ ਦੀ ਤਾਂ ਗੁੱਗੂ ਗਿੱਲ, ਸਿੱਪੀ ਗਿੱਲ ਅਤੇ ਦਿਲਪ੍ਰੀਤ ਢਿੱਲੋਂ ਫਿਲਮ ਦਾ ਮੁੱਢ ਬਣਨਗੇ। ਨਾਲ ਹੀ ਗੁਰਲੀਨ ਚੋਪੜਾ, ਸਾਵਨ ਰੂਪੋਵਾਲੀਆ, ਸੰਸਾਰ ਸੰਧੂ, ਯਾਦ ਗਰੇਵਾਲ, ਹੋਬੀ ਧਾਲੀਵਾਲ, ਧੀਰਜ ਕੁਮਾਰ, ਅਨੀਤਾ ਦੇਵਗਨ ਵਰਗੇ ਅਦਾਕਾਰ ਪਿੱਠਵਰਤੀ ਭੂਮਿਕਾ ਵਿੱਚ ਨਜ਼ਰ ਆਉਣਗੇ। ਵੈਲ, ਮਾਨ ਪਾਵਨ ਸਿੰਘ ਦੇ ਨਿਰਦੇਸ਼ਨ ਹੇਠ ਬਣ ਰਹੀ ਇਹ ਫਿਲਮ 12 ਜੁਲਾਈ 2019 ਨੂੰ ਰਿਲੀਜ਼ ਹੋਵੇਗੀ। ਇੱਥੇ ਦੱਸਣਾ ਬਣਦਾ ਹੈ ਕਿ ਸਿੱਪੀ ਗਿੱਲ ਅਤੇ ਗੁੱਗੂ ਗਿੱਲ ਇਸ ਤੋਂ ਪਹਿਲਾਂ ਜੱਟ ਬੋਇਜ਼ ਪੁੱਤ ਜੱਟਾਂ ਦੇ ਫਿਲਮ 'ਚ ਇਕੱਠੇ ਨਜ਼ਰ ਆਏ ਅਤੇ ਫਿਲਮ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਵੀ ਕੀਤਾ ਗਿਆ। ਵੈਲ, ਫਿਲਮ ਜੱਦੀ ਸਰਦਾਰ ਨੂੰ ਕਿੰਨਾ ਕੁ ਪਸੰਦ ਕੀਤਾ ਜਾਂਦਾ ਹੈ ਇਹ ਤਾਂ 12 ਜੁਲਾਈ ਨੂੰ ਫਿਲਮ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਚੱਲੇਗਾ। ਰਿਪੋਰਟ ਬਾਏ ਵਾਇਰਲ ਬਾਲੀਵੁੱਡ।